10 ਰੁਪਏ ਪਕੜ ਕੇ ਲਿਆਉਣ ਵਾਲੇ ਨੂੰ 50 ਰੁਪਏ ਕਫਨ ਕਰਕੇ ਲਿਆਉਣ ਵਾਲੇ ਨੂੰ 80 ਰੁਪਏ ਆਰਾਮ ਦਿਨਾਂ ਵਿੱਚ ਕਰ ਦਿੱਤਾ ਉਸ ਵਕਤ ਗਦਾਰ ਲੋਕ ਜਿਹੜੇ ਸਨ ਉਹ ਸਿੱਖਾਂ ਨੂੰ ਫੜਾਉਂਦੇ ਸਨ ਉਹਨਾਂ ਗਦਾਰਾਂ ਦੇ ਵਿੱਚ ਸ਼ਰਮਾ ਸ਼ੀਨਾ ਰਾਮਾ ਰੰਧਾਵਾ ਤੇ ਇੱਕ ਸਭ ਤੋਂ ਵੱਡਾ ਗਰਦਾਰ ਹਰ ਭਗਤ ਨਿਰੰਜਣੀਆਂ ਔਰ ਖਿਆਲ ਕਰਨਾ ਇਹਨਾਂ ਦਾ ਪਸ਼ੂਕੜ ਜਿਹੜਾ ਹੈ ਉਹ ਧੰਨ ਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੇ ਵੱਲ ਚੱਲਦਾ ਹੈ ਇਹਨਾਂ ਦਾ ਵੱਡਾ ਭੰਡਾਰਾ ਖੰਡਾਲ ਹੋਇਆ ਜਿਹੜਾ ਧੰਨ ਗੁਰੂ ਗੁਰੂ ਅਮਰਦਾਸ ਪਾਤਸ਼ਾਹ ਦਾ ਸਿੱਖ ਸੀ ਉਹ ਉਸ ਵਕਤ ਨਿਰੰਜਣੀਆਂ ਨਿਰੰਜਣ ਨਿਰੰਜਣ ਜਿਹੜਾ ਸੀ ਉਹ ਵੀ ਆਖਦਾ ਸੀ ਮਾਲਕ ਨੂੰ ਯਾਦ ਕਰਦਾ ਸੀ ਜਿਸ ਕਰਕੇ ਨਿਰੰਜਣੀਆਂ ਸ਼ਬਦ ਵੀ ਇਹਨਾਂ ਦੇ ਨਾਲ ਜੁੜਿਆ ਗੁਰੂ ਅਮਰਦਾਸ ਪਾਤਸ਼ਾਹ ਨੇ ਹੰਧਾਲ ਨੂੰ ਇੱਕ ਮੰਜੀ ਵੀ ਥਾਪੀ ਸੀ ਉਹਦੇ ਗੁਰੂ ਕਾ ਸਿੱਖ ਸੀ 1648 ਦੇ ਵਿੱਚ ਉਹ ਚੜ੍ਹਾਈ ਕਰ ਗਿਆ ਪਰ ਉਹਦਾ ਅੱਗੇ ਇੱਕ ਪੁੱਤਰ ਸੀ ਵਿਧੀ ਚੰਦ ਇਹ ਵਿਧੀ ਚੰਦ ਗੁਰੂ ਅਰਜਨ ਦੇ ਪਾਤਸ਼ਾਹ ਬੇਟੇ ਦਾ ਨਹੀਂ ਇਹ ਹੋਰ ਵਿਧੀ ਚੰਦ ਸੀ ਇਹ ਬੜਾ ਗਰਮੀ ਨਿਕਲਿਆ ਇਹਦੀ ਅੱਗੇ ਔਲਾਦ ਜਿਹੜੀ ਸੀ ਉਹ ਹਰ ਭਗਤ ਨਿਰੰਜਣੀਆਂ ਸੀ ਤੇ ਇਹ ਵੀ ਇੱਕ ਮੁੱਖ ਉੱਪਰ ਵੱਡਾ ਸੀ ਜਦੋਂ ਜਕਰੀਆ ਖਾਨ ਨੇ ਇੱਕ ਮੀਟਿੰਗ ਬੁਲਾਈ ਲਾਹੌਰ ਦੇ ਦਰਬਾਰ ਦੇ ਅੰਦਰ ਕਹਿਣ ਲੱਗਾ ਵੀ ਮੈਂ ਸਿੱਖਾਂ ਨੂੰ ਘਰਾਂ ਵਿੱਚ ਰਹਿਣ ਜੋਗਾ ਨਹੀਂ ਛੱਡਿਆ ਇਹਨਾਂ ਨੂੰ ਖਾਣ ਵਾਸਤੇ ਮੈਂ ਕੁਝ ਨਹੀਂ ਛੱਡਿਆ ਪਰ ਇਹ ਕਿਸ ਦੇ ਆਸਰੇ ਜਿਉਂਦੇ ਨੇ ਇਹ ਮੁੱਕਦੇ ਕਿਉਂ ਨੇ ਮੈਂ ਤੇ ਗਦਾਰਾਂ ਦੇ ਕੋਲੋਂ ਸੂਹ ਲੈ ਕੇ ਵੀ ਇਹਨਾਂ ਨੂੰ ਮਾਰ ਦਿੱਤਾ ਹੈ ਉਸ ਵਕਤ ਹਰ ਭਗਤ ਨਿਰੰਜਣੀਆਂ ਦੀ ਚੁਗਲੀ ਲਾਈ ਉਹ ਆਖਦਾ ਹੈ ਹਰ ਭਗਤ ਨਿਰੰਜਣੀਆਂ ਜੂ ਆਖੀ ਹਰ ਭਗਤ ਨਿਰੰਜਣੀਆਂ ਆਖਦਾ ਹੈ ਪੂਲਾ ਪਿੰਡ ਇੱਕ ਤਾਰੂ ਸਿੰਘ ਖੇਤੀ ਕਰੇ ਵਾ ਹਾਲਾ ਕਰੇ ਕਹਿਣ ਲੱਗਾ ਉਹ ਖੇਤੀ ਕਰਦਾ ਕਿਤੇ ਦਾ ਟੈਕਸ ਜਿਹੜਾ ਹੈ ਉਹ ਵੀ ਭਰਦਾ ਹੈ ਕਿਉਂਕਿ ਭਾਈ ਤਾਰੂ ਸਿੰਘ ਦਾ ਜਨਮ ਜਿਹੜਾ ਹੈ ਉਹ ਪੂਲੇ ਪਿੰਡ ਦਾ ਹੈ ਇਹਨਾਂ ਦੇ ਪਿਤਾ ਦਾ ਨਾਮ ਭਾਈ ਜੋਧ ਸਿੰਘ ਸੀ ਭਾਈ ਜੋਧ ਸਿੰਘ ਦੇ ਘਰ ਦੋ ਬੱਚੇ ਪੈਦਾ ਹੋਏ ਇੱਕ ਬੀਬੀ ਤੇ ਦੂਸਰਾ ਭਾਈ ਤਾਰੂ ਸਿੰਘ ਉਸ ਬੱਚੀ ਦਾ ਨਾਮ ਬੀਬੀ ਤਾਰੂ ਕੌਰ ਜੀ ਰੱਖਿਆ ਗਿਆ ਤੇ ਬੱਚੇ ਦਾ ਨਾਮ ਭਾਈ ਤਾਰੂ ਸਿੰਘ ਰੱਖਿਆ ਗਿਆ ਪਰ ਰੱਬ ਦਾ ਸਬਬ ਬਣਿਆ ਕੁਝ ਸਮਾਂ ਪਿਤਾ ਦਾ ਸਾਇਆ ਮਾਣਿਆ ਤੇ ਪਿਤਾ ਚੜ੍ਹਾਈ ਕਰ ਗਿਆ ਮਾਂ ਨੇ ਬੜਾ ਸਿਦਕ ਦੇ ਨਾਲ ਪਾਲਿਆ ਭਾਈ ਤਾਰੂ ਸਿੰਘ ਨੂੰ ਗੁਰਸਿੱਖੀ ਦੀਆਂ ਲੋਲੀਆਂ ਦਿੱਤੀਆਂ ਨਾਮ ਦੇ ਨਾਲ ਜੋੜ ਕੇ ਰੱਖਿਆ ਤੇ ਭਾਈ ਤਾਰੂ ਸਿੰਘ ਦਾ ਜੀਵਨ ਸੇਵਾ ਤੇ ਸਿਮਰਨ ਦੇ ਨਾਲ ਚੱਲਣ ਲੱਗ ਪਿਆ ਘਰ ਦੇ ਵਿੱਚ ਖੇਤੀ ਕਰਦਾ ਖੇਤੀ ਕਰਨ ਤੋਂ ਬਾਅਦ ਜੋ ਅਨਾਜ ਆਉਂਦਾ ਉਹ ਆਪਣੇ ਘਰ ਦੇ ਵਿੱਚ ਬਹੁਤ ਘੱਟ ਖਾਂਦਾ ਪਰੰਤੂ ਜਿਹੜੇ ਜੰਗਲ ਦੇ ਵਿੱਚ ਸਿੱਖ ਰਹਿੰਦੇ ਸਨ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਬਣਾ ਕੇ ਦੇ ਕੇ ਆਉਂਦਾ ਸੀ ਕੁਝ ਅਨਾਜ ਜਿਹੜਾ ਸੀ ਉਹ ਸੁੱਕਾ ਦੇ ਆਉਂਦਾ ਸੀ ਆਪ ਤੇ ਪੁਰਾਣੇ ਕੱਪੜੇ ਪਹਿਨ ਲੈਂਦਾ ਸੀ ਪਰ ਗੁਰੂ ਕੇ ਸਿੱਖਣਾ ਨੂੰ ਜੰਗਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕੱਪੜੇ ਦਿੰਦਾ ਸੀ ਉਹਨਾਂ ਨੂੰ ਕਛਹਿਰੇ ਉਹਨਾਂ ਨੂੰ ਦਮਾਲੇ ਕਿਰਪਾਨਾਂ ਜਿਹੜੀਆਂ ਸਨ ਉਹਨਾਂ ਨੂੰ ਭੇਟ ਕਰਦਾ ਸੀ ਇਵੇਂ ਉਹ ਜੀਵਨ ਬਤੀਤ ਕਰਦਾ ਸੀ ਪਰ ਹਰ ਭਗਤ ਨਿਰੰਜਣੀਏ ਨੇ ਇੱਕ ਚੁਗਲੀ ਲਾਈ ਕਹਿਣ ਲੱਗਾ ਤਾਰੂ ਸਿੰਘ ਤੇ ਕਰਕੇ ਉਹ ਸਿੱਖ ਅਜੇ ਵੀ ਜੰਗਲਾਂ ਦੇ ਜੂੰਦੇ ਪਏ ਬਸ ਚੱਕਰੀਆ ਖਾਨ ਨੇ ਹੁਕਮ ਦੇ ਦਿੱਤਾ ਮੋਮਨ ਖਾਨ ਨੂੰ ਵੀ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਵੇ ਮੋਮਨ ਖਾਨ ਆਪਣੀ ਫੌਜ ਦੇ ਨਾਲ ਸਿਪਾਹੀਆਂ ਦੇ ਨਾਲ ਪੂਲਾ ਪਿੰਡ ਦੇ ਵਿੱਚ ਆਇਆ ਜਦੋਂ ਪਿੰਡ ਦੇ ਵਿੱਚ ਆਇਆ ਭਾਈ ਤਾਰੂ ਸਿੰਘ ਖੇਤਾਂ ਦੇ ਵਿੱਚ ਫਲ ਲਾ ਰਹੇ ਸਨ ਆ ਕੇ ਨੰਬਰਦਾਰ ਨੂੰ ਧਮਕਾਇਆ ਕਹਿਣ ਲੱਗਾ ਤੂੰ ਦੱਸ ਨਹੀਂ ਸਕਦਾ ਤੇਰੇ ਪਿੰਡ ਦੇ ਵਿੱਚ ਬਾਗੀ ਰਹਿੰਦੇ ਨੇ ਜਿਹੜੇ ਸਿੱਖਾਂ ਦੀ ਮਦਦ ਕਰਦੇ ਨੇ ਤੂੰ ਦੱਸਿਆ ਕਿਉਂ ਨਹੀਂ ਨੰਬਰਦਾਰ ਨੇ ਬੜਾ ਆਖਿਆ ਮੁਖੀਏ ਨੇ ਬੜਾ ਆਖਿਆ ਵੀ ਨਹੀਂ ਤਾਰੂ ਸਿੰਘ ਤੇ ਬੜਾ ਭਲਾ ਮਾਨਸ ਬੰਦਾ ਹੈ ਉਹ ਤੇ ਕਿਸੇ ਨੂੰ ਕੁਝ ਵੀ ਨਹੀਂ ਕਹਿੰਦਾ ਉਹ ਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕੋ ਜਿਹਾ ਕਰਕੇ ਜਾਣਦਾ ਉਹ ਤੇ ਰੱਬ ਦਾ ਸਾਊ ਬੰਦਾ ਹੈ ਉਹਨੇ ਕਿੱਥੇ ਬਗਾਵਤ ਕਰਨੀ ਹੈ ਉਹਨੇ ਬਾਗੀਆਂ ਨੂੰ ਕਿੱਥੇ ਸਹਾਇਤਾ ਕਰਨੀ ਹੈ ਪਰ ਨੰਬਰਦਾਰ ਨੂੰ ਫਟਕਾਰਾਂ ਪਾਈਆਂ ਇਸੇ ਸਮੇਂ ਦੇ ਦੌਰਾਨ ਗੱਭਰੂ ਭਾਈ ਤਾਰੂ ਸਿੰਘ ਦੇ ਕੋਲ ਪਹੁੰਚ ਗਿਆ ਜਾ ਕੇ ਕਹਿਣ ਲੱਗਾ ਭਾਈ ਤਾਰੂ ਸਿੰਘ ਪਿੰਡ ਦੇ ਵਿੱਚ ਪੁਲਿਸ ਆਈ ਹੈ ਤੈਨੂੰ ਲਿਜਾਣ ਦੇ ਵਾਸਤੇ ਲਾਹੌਰ ਦੇ ਵਿੱਚ ਤੂੰ ਇੰਜ ਕਰ ਆਪਣੇ ਇਹਨਾਂ ਬਲਦਾਂ ਨੂੰ ਇੱਥੇ ਛੱਡ ਦੇ ਤੇ ਜੰਗਲ ਵਿੱਚ ਚਲਾ ਜਾ ਮੈਂ ਤੇਰੇ ਬਲਦ ਤੇਰੇ ਘਰ ਤੋਂ ਜਾ ਦੇਵਾਂਗਾ ਤੂੰ ਆਪਣੀ ਮਾਂ ਦਾ ਤੂੰ ਆਪਣੀ ਧੀ ਆਪਣੀ ਭੈਣ ਦਾ ਜਿਹੜਾ ਹੈ ਉਹ ਫਿਕਰ ਨਾ ਕਰੀ ਉਹਨਾਂ ਦੀ ਆਪਾਂ ਸੇਵਾ ਸੰਭਾਲ ਕਰ ਲਵਾਂਗੇ ਜਦੋਂ ਪੁਲਿਸ ਚਲੇ ਜਾਵੇਗੀ ਤੂੰ ਵਾਪਸ ਆ ਜਾਏਗੀ
ਭਾਈ ਤਾਰੂ ਸਿੰਘ ਕਹਿਣ ਲੱਗਾ ਕਿ ਸੱਜਣਾ ਮੈਂ ਕੋਈ ਕਰਮ ਨਹੀਂ ਕੀਤਾ, ਮੈਂ ਕੋਈ ਚੋਰੀ ਨਹੀਂ ਕੀਤੀ, ਮੈਂ ਉਹਨਾਂ ਦੇ ਕੋਲੋਂ ਕਿਉਂ ਭੱਜਾਂ? ਜੇ ਮੈਂ ਅੱਜ ਭੱਜ ਗਿਆ ਤੇ ਮੇਰੇ ਗੁਰੂ ਦੇ ਉੱਤੇ ਵੀ ਦਾਗ ਲੱਗ ਜਾਵੇਗਾ, ਮੇਰੇ ਜੀਵਨ ਗੁਰਸਿੱਖੀ ਦੇ ਉੱਤੇ ਵੀ ਦਾਗ ਲੱਗ ਜਾਵੇਗਾ, ਮੈਂ ਨਹੀਂ ਜਾਣਾ। ਭਾਈ ਤਾਰੂ ਸਿੰਘ ਨੇ ਹਾਲ ਉੱਥੇ ਛੱਡਿਆ ਤੇ ਪਿੰਡ ਵੱਲ ਨੂੰ ਆ ਗਿਆ। ਰਸਤੇ ਦੇ ਵਿੱਚ ਫੌਜਾਂ ਨੇ ਧੂੜਾਂ ਅੜਾਈਆਂ ਹੋਈਆਂ ਤੇ ਭਾਈ ਤਾਰੂ ਸਿੰਘ ਨੂੰ ਲੱਭ ਰਹੇ ਸਨ। ਵੇਖਿਆ ਤਾਰੂ ਸਿੰਘ, ਉਸੇ ਵਕਤ ਉਹਨਾਂ ਦੀਆਂ ਹੱਥ ਜਿਹੜੇ ਸਨ ਮਗਰ ਬੰਨਣ ਲੱਗੇ। ਭਾਈ ਤਾਰੂ ਸਿੰਘ ਕਹਿਣ ਲੱਗੇ, ਸੱਜਣਾ ਤੇ ਹੱਥ ਕਿਉਂ ਬੰਨਦੇ ਹੋ? ਕਹਿਣ ਲੱਗਾ, ਤੁਹਾਨੂੰ ਪਕੜ ਕੇ ਲਿਜਾਣਾ, ਤੂੰ ਨੱਠ ਨਾ ਜਾਵੇਂ। ਭਾਈ ਤਾਰੂ ਸਿੰਘ ਕਹਿਣ ਲੱਗਾ, ਜੇ ਨੱਠਣਾ ਹੁੰਦਾ ਤੇ ਮੈਂ ਆਪ ਪਿੰਡ ਵੱਲ ਵਾਲੇ ਪਾਸੇ ਕਿਉਂ ਆਉਂਦਾ? ਭਾਈ ਤਾਰੂ ਸਿੰਘ ਨੂੰ ਪਿੰਡ ਲਿਆਂਦਾ ਗਿਆ। ਉੱਥੇ ਮੋਮਨ ਖਾਨ ਨੇ ਹੱਥ ਬੰਨ ਕੇ ਪਿੰਡ ਅੱਗੇ ਜਾਂਦਾ ਸੀ ਪੰਡੇਰ। ਪੰਡੇਰ ਪਿੰਡ ਦੇ ਵਿੱਚ ਰਾਤ ਕੱਟੀ ਉਹਨਾਂ ਨੇ। ਉੱਥੇ ਵੀ ਇੱਕ ਵਾਕਿਆ ਵਾਪਰਿਆ। ਉੱਥੇ ਵੀ ਭਾਈ ਤਾਰੂ ਸਿੰਘ ਨੂੰ ਜਿਹੜਾ ਸੀ ਉਹ ਛਡਾਉਣ ਦਾ ਯਤਨ ਕੀਤਾ ਗਿਆ, ਪਰ ਗੁਰੂ ਕੇ ਸਿੱਖ ਭਾਈ ਤਾਰੂ ਸਿੰਘ ਨੇ ਉਸ ਵਕਤ ਉਹਨਾਂ ਨੂੰ ਵੀ ਮਨਾ ਕਰ ਦਿੱਤਾ, ਕਿਉਂਕਿ ਗੁਰੂ ਕੇ ਸਿੱਖ ਦਾ ਸਿਦਕ ਆਪਣੇ ਗੁਰੂ ਦੇ ਉੱਤੇ ਪੂਰਾ ਸੀ। ਘਰੋਂ ਤੁਰਨ ਲੱਗੇ, ਖਿਆਲ ਕਰਨਾ ਘਰ ਦੇ ਵਿੱਚ ਬਜ਼ੁਰਗ ਮਾਂ ਸੀ ਤੇ ਕੇਵਲ ਇੱਕ ਭੈਣ ਸੀ ਉਸ ਤੋਂ ਛੋਟੀ। ਪਹਿਲਾਂ ਤੇ ਉਹਨਾਂ ਨੂੰ ਮਿਲਣ ਨਾ ਦਿੱਤਾ। ਆਖਿਰ ਪਿੰਡ ਦੇ ਨੰਬਰਦਾਰ ਨੇ ਵੀ ਆਖਿਆ ਵੀ ਇੱਕ ਵਾਰ ਤੇ ਤੁਸੀਂ ਮਿਲ ਲੈਣ ਦੇਵੋ, ਦਿਲ ਦੀ ਗੱਲ ਜਿਹੜੀ ਹੈ ਉਹ ਦੱਸ ਲੈਣ ਦੇਵੋ। ਮਾਂ ਆਈ, ਮਾਂ ਦਾ ਸਿਰਫ ਦੇਖੋ ਕਿੰਨਾ ਪਿਆਰਾ, ਇੱਕੋ ਇੱਕ ਪੁੱਤਰ ਜਵਾਨ ਤੇ ਮਾਂ ਨੇ ਇੱਕ ਗੱਲ ਕਹੀ ਸੀ, ਪੁੱਤਰਾ ਤੂੰ ਘਰ ਦਾ ਫਿਕਰ ਨਾ ਕਰੀ, ਤੂੰ ਘਰ ਚਲਾਉਣ ਵਾਸਤੇ ਕੋਈ ਫਿਕਰ ਨਾ ਕਰੀ, ਮੈਂ ਆਪੀ ਜੋ ਮਰਜ਼ੀ ਪ੍ਰਬੰਧ ਕਰ ਲਵਾਂਗੀ, ਮੈਂ ਲੋਕਾਂ ਦਾ ਪੂਰਾ ਕਰਕਟ ਜਿਹੜਾ ਹੈ ਉਹ ਧੋ ਲਵਾਂਗੀ, ਘਰਾਂ ਦੇ ਵਿੱਚ ਮਜ਼ਦੂਰੀਆਂ ਕਰ ਲਵਾਂਗੀ, ਪਰ ਤੂੰ ਘਰ ਦਾ ਫਿਕਰ ਨਾ ਕਰੀ, ਮੈਂ ਹੌਸਲਾ ਨਾ ਛੱਡੀ, ਤੂੰ ਲਾਹੌਰ ਚੱਲਿਆ, ਤੈਨੂੰ ਉੱਥੇ ਬਹੁਤ ਕੁਝ ਵਾਪਰਨਾ, ਪਰ ਜਾਤ ਰੱਖੀ ਸਿੱਖੀ ਨੂੰ ਤੂੰ ਛੱਡੀ ਨਾ। ਮਾਂ ਦੇ ਨਾਲ ਮਿਲਿਆ, ਅੱਗੇ ਭੈਣ ਖਲੋਤੀ ਸੀ ਚਾਰ ਕਦਮਾਂ ਦੇ ਉੱਤੇ। ਭੈਣ ਨੂੰ ਗਲਬੱਤੀ ਦੇ ਚਲਾਇਆ, ਭੈਣ ਨੇ ਵੀ ਇੱਕ ਗੱਲ ਕਹੀ, ਕਹਿਣ ਲੱਗੀ ਮਿਲਿਆ ਤੂੰ ਮੇਰਾ ਫਿਕਰ ਨਾ ਕਰੀ। ਹਰ ਇੱਕ ਇਸਤਰੀ ਦੀ, ਹਰ ਇੱਕ ਇਸਤਰੀ ਚਾਹੁੰਦੀ ਏ ਮੈਂ ਵੱਡੀ ਹੋਵਾਂ ਤੇ ਆਪਣੇ ਕੰਤ ਸੁਹੇਲੜੇ ਦੇ ਘਰ ਜਾਵਾਂ, ਜੋੜੀ ਦੇ ਵਿੱਚ ਬੈਠ ਕੇ, ਮੇਰਾ ਪਿਤਾ ਬਚਪਨ ਦੇ ਵਿੱਚ ਚੜ੍ਹਾਈ ਕਰ ਗਿਆ, ਮੈਨੂੰ ਤੇਰੇ ਉੱਤੇ ਆਸਾਂ ਸਨ, ਪਰ ਤੂੰ ਫਿਕਰ ਨਾ ਕਰੀ, ਮੈਂ ਸਾਰੀ ਉਮਰ ਆਪਣੇ ਪਿਤਾ ਦੇ ਪੱਗ ਨੂੰ ਦਾਗ ਨਹੀਂ ਲੱਗਣ ਦੇਵਾਂਗੀ, ਤੂੰ ਮੇਰਾ ਫਿਕਰ ਨਾ ਕਰੀ, ਤੂੰ ਲਾਹੌਰ ਚੱਲਿਆ, ਤੈਨੂੰ ਸਿੱਖੀ ਤੋਂ ਦੂਰ ਕਰਨ ਵਾਸਤੇ ਉਹਨਾਂ ਬੜੇ ਯਤਨ ਕਰਨੇ ਨੇ, ਪਰ ਤੂੰ ਸਿੱਖੀ ਤੋਂ ਦੂਰ ਨਾ ਹੋਈ। ਭੈਣ ਨੂੰ ਫਤਿਹ ਵਧਾਈ, ਮਾਂ ਨੂੰ ਫਤਿਹ ਵਧਾਈ, ਗ੍ਰਿਫਤਾਰ ਕਰਕੇ ਲਿਆਂਦਾ ਗਿਆ, ਲਿਆ ਕਰਕੇ ਇੱਕ ਪੜਾਅ ਕੀਤਾ, ਉਸ ਤੋਂ ਬਾਅਦ ਲਾਹੌਰ ਦੇ ਵਿੱਚ ਲੈ ਆਉਂਦਾ ਗਿਆ। ਲਾਹੌਰ ਦੇ ਵਿੱਚ ਜਦੋਂ ਲਿਆਂਦਾ, ਕਚਹਿਰੀ ਲੱਗੀ ਹੋਈ ਸੀ ਤੇ ਕਚਹਿਰੀ ਦੇ ਵਿੱਚ ਮੋਮਨ ਖਾਨ ਨੇ ਪੇਸ਼ ਕੀਤਾ। ਜਦੋਂ ਪੇਸ਼ ਕੀਤਾ ਤੇ ਗੁਰੂ ਕੇ ਸਿੱਖ ਨੇ ਗੱਜ ਕੇ ਉਸ ਵਕਤ ਫਤਿਹ ਬੁਲਾਈ। ਜਦੋਂ ਫਤਿਹ ਬੁਲਾਈ ਤੇ ਉਸੇ ਦਰਬਾਰ ਦੇ ਵਿੱਚ ਇੱਕ ਗੁਲਾਮ ਬੰਦਾ ਰਹਿ ਰਿਹਾ। ਖਿਆਲ ਕਰਨਾ, ਗੁਲਾਮ ਕੌਮਾਂ ਹਮੇਸ਼ਾ ਗੁਲਾਮੀ ਦੇ ਵਿੱਚ ਰਹਿੰਦੀਆਂ, ਉਹਨਾਂ ਦੇ ਮੰਨਣ ਵਾਲੇ ਲੋਕ ਹਮੇਸ਼ਾ ਗੁਲਾਮੀ ਦੀਆਂ ਗੱਲਾਂ ਕਰਦੇ ਨੇ। ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਪੇਸ਼ ਕੀਤਾ। ਉੱਥੇ ਵੀ ਗੁਲਾਮ ਬੰਦਾ ਸੁੱਚਾ ਨੰਦ ਬੈਠਾ ਹੋਇਆ ਸੀ, ਉਹਨੇ ਵੀ ਵਜ਼ੀਰ ਖਾਨ ਨੂੰ ਚੜਾਇਆ, ਉਹਦੇ ਕੰਨ ਭਰੇ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਸੀ। ਇੱਥੇ ਵੀ ਇੱਕ ਗੁਲਾਮ ਕੌਮ ਦਾ ਮਨੁੱਖ ਬੈਠਾ ਹੈ। ਦੀਵਾਨ ਜਿਹੜਾ ਉਹ ਲਖਪਤ ਰਾਏ, ਇਸ ਲਖਪਤ ਰਾਏ ਦੇ ਕਾਰਨ ਸਿੱਖਾਂ ਦੇ ਉੱਤੇ ਛੋਟਾ ਕਾਨੂੰਨ ਘਰ ਵਾਪਰਦਾ, ਉਹ ਅਗਾਂਹ 1746 ਦੇ ਵਿੱਚ ਵਾਪਰਦਾ। ਜਦੋਂ ਗੁਰੂ ਕੇ ਸਿੱਖ ਨੇ ਜਾ ਕੇ ਫਤਿਹ ਬੁਲਾਈ, ਫਤਿਹ ਬੁਲਾਈ ਤੇ ਦੀਵਾਨ ਲਖਪਤ ਰਾਏ ਕਹਿਣ ਲੱਗਾ, ਉਹ ਸਿੱਖ ਰਿਹਾ, ਉਹਨੇ ਇਹ ਸ਼ਬਦ ਵਰਤੇ, ਇਹ ਆਨੰਦਪੁਰ ਦਾ ਦਰਬਾਰ ਨਹੀਂ, ਇਹ ਅੰਮ੍ਰਿਤਸਰ ਦੀ ਧਰਤੀ ਨਹੀਂ, ਤੂੰ ਜਿੱਥੇ ਫਤਿਹ ਬੁਲਾਉਂਦਾ ਹੈ ਇੱਥੇ ਤੇ ਖਾਨ ਸਾਹਿਬ ਨੂੰ ਝੁੱਕ ਕੇ ਸਲਾਮ ਕੀਤੀ ਜਾਂਦੀ ਏ। ਤੇ ਭਾਈ ਤਾਰੂ ਸਿੰਘ ਨੇ ਕਹਿਣ ਲੱਗਾ, ਗੁਰੂ ਕਾ ਸਿੱਖ ਜਿੱਥੇ ਜਾਂਦਾ ਉਹ ਗੁਰੂ ਦੀ ਫਤਿਹ ਬੁਲਾਉਂਦਾ, ਉਹ ਕਿਸੇ ਨੂੰ ਸਲਾਮ ਨਹੀਂ ਕਰਦਾ, ਉਹ ਕਿਸੇ ਦੇਹਧਾਰੀ ਨੂੰ ਝੁੱਕ ਕੇ ਸਲਾਮ ਨਹੀਂ ਕਰਦਾ, ਉਹ ਤੇ ਗੁਰੂ ਦੀ ਫਤਿਹ ਹੀ ਬੁਲਾਉਂਦਾ ਹੈ। ਬਦਕਿਸਮਤੀ ਹੈ ਅੱਜ ਉਹਨਾਂ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ, ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਵੀ ਉਹ ਲੋਕ ਝੁਕਾ ਸਕੇ।
ਇੱਥੇ 25 ਸਾਲ ਦੇ ਭਾਈ ਤਾਰੂ ਸਿੰਘ ਨੂੰ ਉਹ ਜਕਰੀਆ ਖਾਨ ਨਾ ਚੁਕਾ ਸਕਿਆ। ਪਰ ਅੱਜ ਅਫਸੋਸ ਦੇ ਨਾਲ ਕਹਿਣਾ ਪੈਂਦਾ, ਸਾਡੀਆਂ ਚਿੱਟੀਆਂ ਦਾੜੀਆਂ ਅਸੀਂ ਕਿਰਪਾਨਾਂ ਉੱਪਰ ਦੀ ਪਾਈਆਂ ਤੇ ਮੱਠਾਂ ਦੇ ਉੱਤੇ, ਗੂਰਾਂ ਦੇ ਉੱਤੇ, ਕਬਰਾਂ ਦੇ ਉੱਤੇ ਆਪਣੇ ਸੀਸ ਚੁਕਾ ਰਹੇ। ਉਹਦਾ ਇੱਕੋ ਹੀ ਕਾਰਨ ਹੈ, ਸਾਨੂੰ ਅਜੇ ਨਾਮ ਦਾ ਰੰਗ ਨਹੀਂ ਚੜਿਆ, ਉਹ ਮਜੀਠੀਆ ਰੰਗ ਨਹੀਂ ਚੜਿਆ। ਅਸੀਂ ਅੱਜ ਵੀ ਵਿਕਾਰਾਂ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਹਾਂ, ਜਿਹਦੇ ਕਾਰਨ ਅਸੀਂ ਸਿਧਾਂਤਾਂ ਦੇ ਵਿੱਚ ਡੋਲ ਜਾਂਦੇ ਹਾਂ। ਭਾਈ ਤਾਰੂ ਸਿੰਘ ਨੂੰ ਆਖਿਆ ਗਿਆ, ਫਿਰ ਇੱਥੇ ਝੁੱਕ ਕੇ ਸਲਾਮ ਕਰ ਤੇ ਤੂੰ ਇਸਲਾਮ ਕਬੂਲ ਕਰ ਲੈ। ਤੇ ਵੀ ਭਰਦੀ ਜਵਾਨੀ 25 ਸਾਲ ਦੀ ਉਮਰ ਹੈ ਉਸ ਵਕਤ ਭਾਈ ਤਾਰੂ ਸਿੰਘ ਦੀ। ਭਾਈ ਤਾਰੂ ਸਿੰਘ ਨੇ ਉਸ ਵਕਤ ਉਹਨਾਂ ਦੀ ਉਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਜਗਰੀਆ ਖਾਨ ਸਾਹਮਣੇ ਬੈਠਾ ਸੀ, ਕਹਿਣ ਲੱਗਾ, ਤੂੰ ਗੁਰੂ ਦੇ ਸਿਧਾਂਤਾਂ ਦੇ ਨਾਲ ਇੰਨਾ ਜੁੜਿਆ ਹੋਇਆ, ਤੇਰੇ ਅੰਦਰ ਇੰਨੀ ਦਲੇਰੀ, ਤੇ ਤੂੰ ਬਾਗੀ ਹੈ, ਤੂੰ ਹੀ ਪੱਟੀ ਦੇ ਜਾਬਰ ਖਾਨ ਨੂੰ ਉਹ ਮਰਵਾਇਆ ਸੀ, ਉਹਨੇ ਇੱਕ ਜਲਾਮ ਹੋਰ ਲਾ ਦਿੱਤਾ। ਹਰ ਭਗਤ ਨਿਰੰਜਣੀ ਨੇ ਇਹ ਵੀ ਚੁਗਲੀ ਲਾਈ ਸੀ। ਸਮਾਂ ਬਹੁਤ ਸੀਮਤ ਹੈ, ਮੈਂ ਸੰਖੇਪ ਦੇ ਵਿੱਚ ਤੁਹਾਡੀ ਗੱਲ ਦੱਸ ਦੇਵਾਂ ਕਿ ਜਿਸ ਵਕਤ ਇੱਕ ਪੱਟੀ ਦਾ ਰਹਿਣ ਵਾਲਾ ਸੀ ਰਦੀਮ ਬਖਸ਼ਮਾਸ਼ੀ, ਉਹਦੀ ਇੱਕ ਧੀ ਸੀ ਸਲਮਾ। ਉਸ ਜਾਬਰ ਖਾਨ ਪੱਟੀ ਦਾ ਸੂਬੇਦਾਰ ਜਿਹੜਾ ਸੀ, ਉਹਨੇ ਪਹਿਲਾਂ ਤੇ ਪਿਓ ਨੂੰ ਕਿਹਾ ਵੀ ਆਪਣੀ ਜਿਹੜੀ ਲੜਕੀ ਹੈ ਉਹ ਮੇਰੇ ਨਾਲ ਵਿਆਹ ਦੇ। ਘਰ ਆ ਕੇ ਉਹਨੇ ਸਲਾਹ ਕੀਤੀ ਸਲਮਾ ਦੇ ਨਾਲ, ਕਹਿਣ ਲੱਗੀ, ਮੈਂ ਇਹੋ ਜਿਹਾ ਤਾਨਾ ਸ਼ਾਹੀ ਜਿਹੜਾ 4-5 ਬੱਚਿਆਂ ਦਾ ਪਿਓ ਹੈ ਉਹ ਕਰਨੀ ਹੈ, ਮੈਂ ਉਹਦੇ ਨਾਲ ਨਿਕਾਹ ਨਹੀਂ ਕਰਾਂਗੀ। ਮੁਸਲਮਾਨ ਕੌਮ ਵੀ ਸੀ। ਰਹੀਮ ਬਖਸ਼ ਨੇ ਇਹ ਗੱਲ ਸਾਰੀ ਦੱਸ ਦਿੱਤੀ, ਪਰ ਜਾਫਰ ਬੇਗ ਨੇ ਜਿਹੜਾ ਸੀ ਉਹ ਜ਼ਬਰਦਸਤੀ ਚੁੱਕਿਆ, ਉਹਨੂੰ ਬੰਦ ਕਮਰੇ ਵਿੱਚ ਪਾ ਦਿੱਤਾ। ਉਸ ਬੁੱਢੇ ਮਾਸੀ ਨੇ ਲਾਹੌਰ ਜਾ ਕੇ ਵੀ ਫਰਿਆਦ ਕੀਤੀ, ਪਰ ਜਕਰੀਆ ਖਾਨ ਦਾ ਉਹ ਬਿਲਕੁਲ ਨਜ਼ਦੀਕ ਸੀ ਜਾਫਰ ਬੇਗ, ਤੇ ਉਹਨੇ ਉਹਦੀ ਗੱਲ ਨਾ ਸੁਣੀ। ਉਹ ਦਿੱਲੀ ਨੂੰ ਆ ਗਿਆ ਸੀ ਫਰਿਆਦ ਵਾਸਤੇ ਤੇ ਬੁੱਢੇ ਪਿੰਡ ਦੇ ਵਿੱਚ ਰਿਹਾ। ਜਦੋਂ ਬੁੱਢੇ ਪਿੰਡ ਦੇ ਵਿੱਚ ਰਿਹਾ, ਰਾਤ ਨੂੰ ਭਾਈ ਤਾਰੂ ਸਿੰਘ ਦੇ ਨਾਲ ਮਿਲਾਪ ਹੋਇਆ ਤੇ ਉਸ ਰਹੀਮ ਬਖਸ਼ ਮਾਸੀ ਨੇ ਕਿਹਾ, ਮੇਰੀ ਧੀ ਨੇ ਇੱਕ ਗੱਲ ਕਹੀ ਸੀ, ਜੇ ਲਾਹੌਰ ਦੇ ਵਿੱਚੋਂ ਤੇਰੀ ਮਦਦ ਨਾ ਹੋਵੇ ਤਾਂ ਸਿੱਖਾਂ ਦੇ ਕੋਲ ਜਾਏ, ਸਿੱਖ ਜ਼ਰੂਰ ਮਦਦ ਕਰਨਗੇ। ਤੇ ਕਹਿਣ ਲੱਗਾ, ਹੁਣ ਮੈਂ ਬੜਾ ਨਿਰਾਸ਼ ਹਾਂ, ਸਿੱਖਾਂ ਨੂੰ ਕਿਸਮੋਂ ਲੱਭਾ, ਮੇਰੀ ਤੇ ਪਹੁੰਚ ਤੋਂ ਦੂਰ ਹੈ। ਭਾਈ ਤਾਰੂ ਸਿੰਘ ਕਹਿਣ ਲੱਗਾ, ਕੋਈ ਗੱਲ ਨਹੀਂ, ਸਿੱਖ ਦਾਸਪੂ ਇੱਧਰ ਆਏ ਹੋਏ ਨੇ ਤੇ ਮੈਂ ਉਹਨਾਂ ਤੱਕ ਅੱਜ ਖ਼ਬਰ ਤੁਹਾਡੀ ਜ਼ਰੂਰ ਪਹੁੰਚਾ ਦੇਵਾਂਗਾ। ਭਾਈ ਤਾਰੂ ਸਿੰਘ ਨੇ ਸਿੱਖਾਂ ਦੇ ਕੋਲ ਉਹ ਖ਼ਬਰ ਪਹੁੰਚਾ ਦਿੱਤੀ। ਉਸੇ ਰਾਤ ਗੁਰੂ ਕੇ 10 ਸਿੱਖ ਉਸ ਰਹੀਮ ਬਖਸ਼ ਮਾਸੀ ਨੂੰ ਨਾਲ ਲੈ ਕੇ ਗਏ। ਪੱਟੀ ਦੇ ਉਸ ਸੂਬੇਦਾਰ ਜਾਫਰ ਬੇਗ ਦਾ ਸੋਧਾ ਲਾ ਕੇ ਉਸ ਲੜਕੀ ਸਲਮਾ ਨੂੰ ਜਿਹੜਾ ਸੀ ਉਹ ਛੜਾ ਕੇ ਲੈ ਕੇ ਆਉਂਦਾ, ਔਰ ਛੜਾ ਕੇ ਉਸ ਪਿਓ ਨੂੰ ਤੇ ਉਸ ਸਲਮਾ ਨੂੰ ਕਸੂਰ ਪਹੁੰਚਾਇਆ, ਜਿੱਥੇ ਉਹਦਾ ਨਿਕਾਹ ਜਿਹੜਾ ਸੀ ਉਹ ਹੋ ਗਿਆ। ਤੇ ਜਕਰੀਆ ਖਾਨ ਕਹਿਣ ਲੱਗਾ ਜਾਫਰ ਬੇਗ ਨੂੰ ਵੀ ਤੂੰ ਹੀ ਸੂਹ ਦੇ ਕੇ ਮਰਵਾਇਆ, ਇਹ ਵੀ ਉਹਦੇ ਉੱਤੇ ਇਲਜ਼ਾਮ ਲਾ ਦਿੱਤਾ। ਭਾਈ ਤਾਰੂ ਸਿੰਘ ਨੇ ਇੱਕ ਗੱਲ ਤੇ ਕਹਿਣ ਲੱਗਾ, ਜੇਕਰ ਕਿਸੇ ਗਰੀਬ ਦੀ ਮਦਦ ਕਰਨੀ ਹੋਵੇ, ਤੁਹਾਡੀ ਹੀ ਕੌਮ ਦੇ ਕੋਈ ਬੰਦੇ ਸਨ, ਜੇਕਰ ਮਦਦ ਕਰਨੀ ਕੋਈ ਗੁਨਾਹ ਹੈ ਤੇ ਭਾਈ ਤਾਰੂ ਸਿੰਘ ਨੇ ਇਹ ਗੁਨਾਹ ਜ਼ਰੂਰ ਕੀਤਾ ਹੈ, ਕਿਉਂਕਿ ਗੁਰੂ ਕੇ ਸਿੱਖਾਂ ਨੇ ਮੁਸਲਮਾਨਾਂ ਤੇ ਹਿੰਦੂਆਂ ਦੋਵਾਂ ਦੀਆਂ ਧੀਆਂ ਨੂੰ ਬਚਾਇਆ। ਔਰ ਖਿਆਲ ਕਰੋ, 1763 ਦੇ ਅੰਦਰ ਇੱਕ ਘਟਨਾ ਵਾਪਰੀ ਹੈ, ਬੜੀਆਂ ਅਨੇਕਾਂ ਘਟਨਾਵਾਂ ਨੇ, ਮੈਂ ਜ਼ਰੂਰ ਜ਼ਿਕਰ ਕਰ ਦੇਵਾਂ। 1763 ਦੇ ਵਿੱਚ ਘਟਨਾ ਵਾਪਰਦੀ ਹੈ, ਕਸੂਰ ਦਾ ਉਸਮਾਨ ਖਾਨ ਇੱਕ ਲੜਕੀ ਨੂੰ ਚੁੱਕ ਕੇ ਲੈ ਕੇ ਜਾਂਦਾ, ਇਹ ਸਾਨੂੰ ਮਾਣ ਕਰਨ ਵਾਲੀ ਗੱਲ ਹੈ। ਇੱਕ ਇਸਤਰੀ ਨੂੰ ਛਡਾਉਣ ਵਾਸਤੇ ਸਿੱਖ ਗਏ, 450 ਸਿੱਖ ਗਿਆ। ਕਸੂਰ ਜਿਹੜਾ ਸੀ ਉਹ ਕਿਲਿਆਂ ਦਾ ਭਰਿਆ ਹੋਇਆ ਸੀ, 8 ਕਿਲੇ ਸਨ, ਵੱਡੀ ਤੋਂ ਵੱਡੀ ਫੌਜ ਜਿਹੜੀ ਸੀ ਉੱਥੇ ਜਿੱਤ ਨਹੀਂ ਸੀ ਪ੍ਰਾਪਤ ਕਰ ਸਕਦੇ। 450 ਗੁਰੂ ਕਾ ਸਿੱਖ ਗਿਆ ਕਸੂਰ ਦੇ ਉੱਤੇ, ਉਹਦੇ ਵਿੱਚੋਂ 310 ਗੁਰੂ ਕੇ ਸਿੱਖ ਸ਼ਹੀਦ ਹੋਏ ਇੱਕ ਇਸਤਰੀ ਨੂੰ ਬਚਾਉਣ ਦੇ ਵਾਸਤੇ। ਸਭ ਤੋਂ ਵੱਡੀ ਕੁਰਬਾਨੀ ਗੁਰੂ ਕੇ ਸਿੱਖਾਂ ਨੇ ਕੀਤੀ ਇੱਕ ਇਸਤਰੀ ਨੂੰ ਬਚਾਉਣ ਵਾਸਤੇ, 310 ਗੁਰੂ ਕੇ ਸਿੱਖ ਸ਼ਹੀਦ ਹੋਏ। ਗੁਰੂ ਕੇ ਸਿੱਖਾਂ ਨੇ ਭਾਵੇਂ ਮੁਸਲਮਾਨਾਂ ਦੀਆਂ ਇਸਤਰੀਆਂ ਹੋਣ ਤੇ ਭਾਵੇਂ ਹਿੰਦੂਆਂ ਦੀਆਂ ਇਸਤਰੀਆਂ ਹੋਣ, ਉਹਨਾਂ ਨੂੰ ਛਡਾ ਕੇ ਬਾਹਰ ਜਿੱਦਾਂ ਦੇ ਘਰੀ ਜਿਹੜਾ ਸੀ ਉਹ ਛੱਡਿਆ ਸੀ। ਹੁਣ ਜਕਰੀਆ ਖਾਨ ਕਹਿਣ ਲੱਗਾ, ਤੂੰ ਇੰਨਾ ਦਲੇਰ ਤੇ ਬੇਧਰਕ ਗੱਲਾਂ ਕਰਦਾ, ਤੇਰੇ ਉੱਤੇ ਸਿੱਖੀ ਦਾ ਬਹੁਤ ਰੰਗ ਚੜਿਆ ਹੋਇਆ, ਮੈਂ ਤੈਨੂੰ ਸਿੱਖੀ ਤੋਂ ਦੂਰ ਕਰਦਾ। ਉਸ ਵਕਤ ਉਹਦੇ ਭੈੜੇ ਬਚਨ ਬੋਲੇ, ਕਹਿਣ ਲੱਗਾ, ਤੇਰੇ ਕੇਸ ਜਿਹੜੇ ਤੈਨੂੰ ਗੁਰੂ ਦੇ ਨਾਲ ਜੋੜਦੇ ਨੇ, ਮੈਂ ਇਹ ਕੇਸ ਜਿਹੜੇ ਨੇ ਜੁੱਤੀਆਂ ਮਾਰ ਕੇ ਲਾ ਦੇਵਾਂਗਾ।
ਇਹੋ ਜਿਹੇ ਭੈੜੇ ਸ਼ਬਦ ਚਿੱਪੀਆਂ ਖਾਨੇ ਜਦੋਂ ਬੋਲੇ ਭਾਈ ਤਾਰੂ ਸਿੰਘ ਨੂੰ ਵੀ ਵਾਲਾ ਆਇਆ। ਕਹਿਣ ਲੱਗਾ ਤੂੰ ਮੇਰੇ ਕੇਸਾਂ ਦੇ ਪ੍ਰਤੀ ਇਹ ਗੱਲ ਕਹਿੰਦਾ ਹੈ। ਜਕਰੀਆ ਖਾਨ ਯਾਦ ਰੱਖੀ ਗੁਰੂ ਕਾ ਸਿੱਖ ਤੇ ਕੇਸਾਂ ਸਵਾਸਾਂ ਦੇ ਨਾਲ ਹੀ ਇਸ ਦੁਨੀਆਂ ਦੇ ਉੱਤੋਂ ਜਾਵੇਗਾ, ਪਰ ਖਿਆਲ ਕਰੀ ਇਹੀ ਜੁੱਤੀਆਂ ਤੇਰੇ ਸਿਰ ਦੇ ਵਿੱਚ ਵੱਜਣਗੀਆਂ, ਇਹੀ ਜੁੱਤੀਆਂ ਤੇਰੇ ਸਿਰ ਦੇ ਵਿੱਚ ਵੱਜਣਗੀਆਂ। ਉਸ ਵਕਤ ਸਭ ਤੋਂ ਪਹਿਲਾਂ ਨਾਈ ਨੂੰ ਬੁਲਾਇਆ ਗਿਆ, ਪਰ ਨਰਾਨੀ ਚਿਹਰਾ ਦਗਦਗ ਕਰਦਾ ਚਿਹਰਾ ਤੇ ਉਹ ਨਾਈ ਜਿਹੜਾ ਸੀ ਉਹ ਭਾਈ ਤਾਰੂ ਸਿੰਘ ਦੇ ਨਜ਼ਦੀਕ ਨਾ ਆ ਸਕਿਆ, ਵੜ ਨਾ ਕਰ ਸਕਿਆ। ਆਖਿਰ ਮੋਚੀ ਲਿਆਂਦਾ ਗਿਆ। ਚੱਕਰੀਆ ਖਾਂ ਕਹਿਣ ਲੱਗਾ ਕਿ ਖੋਪੜੀ ਉਤਾਰ ਦਿੱਤੀ ਜਾਵੇ, ਮੁੜ ਕੇ ਕੇਸ ਇਹਦੇ ਆਵੇ ਹੀ ਨਾ। ਉਸ ਵਕਤ ਮੋਚੀ ਬੁਲਾਇਆ ਗਿਆ, ਭਾਈ ਤਾਰੂ ਸਿੰਘ ਦੇ ਹੱਥ ਬੰਨੇ ਗਏ, ਵਾਸਤੇ ਅੱਗੇ ਆਏ, ਪੈਰ ਬੰਨਣ ਵਾਸਤੇ ਅੱਗੇ ਆਏ। ਭਾਈ ਤਾਰੂ ਸਿੰਘ ਕਹਿਣ ਲੱਗਾ ਇਹ ਕੀ ਕਰਨ ਲੱਗੇ ਹੋ? ਕਹਿਣ ਲੱਗਾ ਜਦੋਂ ਖੋਪੜੀ ਲਿਖਣੀ ਹੈ ਨਾ ਬੜੀ ਤਕਲੀਫ ਹੋਣੀ ਹੈ, ਤੇ ਤੂੰ ਆਪਣੇ ਹੱਥ ਪੈਰ ਮਾਰੇਗਾ ਤੇ ਵਿਘਨ ਕੰਮ ਦੇ ਵਿੱਚ ਪਾਵੇਂਗਾ। ਭਾਈ ਤਾਰੂ ਸਿੰਘ ਨੇ ਇੱਕ ਗੱਲ ਕਹੀ, ਕਹਿਣ ਲੱਗਾ ਮੈਂ ਗੁਰੂ ਕਾ ਸਿੱਖ ਹਾਂ, ਕੋਈ ਭੇਡ ਬੱਕਰੀ ਨਹੀਂ ਕਿ ਹੱਥ ਮਾਰਾਂਗਾ, ਮੇਰੇ ਹੱਥ ਨਾ ਬੰਨੋ, ਮੈਂ ਕਿਵੇਂ ਆਪਣੀ ਖੋਪੜੀ ਉਤਾਰ ਦੇਵਾਂਗਾ। ਭਾਈ ਤਾਰੂ ਸਿੰਘ ਨੇ ਪਿੱਛਾ ਨੂੰ ਕਰਕੇ ਆਪਣੇ ਹੱਥ ਰੱਖ ਲਏ ਜਿਵੇਂ ਤੁਸੀਂ ਫੋਟੋਆਂ ਦੇ ਵਿੱਚ ਦੇਖਦੇ ਹੋ। ਨਾਈ ਨੇ ਆਪਣਾ ਉਹ ਰੰਬੀ ਜਿਹੜੀ ਸੀ ਉਹ ਤਿੱਖੀ ਕੀਤੀ ਤੇ ਹਥੋੜੇ ਦੇ ਨਾਲ ਪਹਿਲਾਂ ਮੂਹਰੇ ਸੱਟ ਮਾਰੀ, ਜਿਵੇਂ ਸੱਟ ਮਾਰੀ ਖੋਪੜੀ ਉੱਪਰ ਜੋ ਹੋਈ ਖੂਨ ਦੀਆਂ ਧਾਰਾਂ ਦਾੜ੍ਹ ਦੇ ਉੱਤੇ ਦਾੜ੍ਹੇ ਦੇ ਉੱਤੇ ਜਿਹੜੀਆਂ ਸੜਕੋਂ ਆਈਆਂ, ਫਿਰ ਚਾਰੇ ਪਾਸਿਓਂ ਉਸ ਰੰਬੀ ਦੇ ਨਾਲ ਖੋਪੜੀ ਨੂੰ ਜਿਹੜਾ ਸੀ ਉਹ ਚੱਕਿਆ ਗਿਆ। ਆਖਿਰ ਪਿੱਛਿਓਂ ਰੰਬੀ ਦੇ ਨਾਲ ਹਥੋੜੇ ਦੇ ਨਾਲ ਟੋਕਰ ਮਾਰ ਕੇ ਕੇਸਾਂ ਸਮੇਤ ਉਹ ਖੋਪੜੀ ਜਿਹੜੀ ਸੀ ਭਾਈ ਤਾਰੂ ਸਿੰਘ ਦੀ ਜੁਦਾ ਕਰ ਦਿੱਤੀ। ਹੁਣ ਦੇਖੋ ਗੁਰੂ ਦੇ ਪਿਆਰਿਓ, ਉਹ ਗੁਰੂ ਕਾ ਸਿੱਖ ਬੇਹੋਸ਼ ਨਹੀਂ ਹੋਇਆ। ਆਮ ਤੌਰ 'ਤੇ ਇਹ ਰੱਬ ਦਾ ਸਿਸਟਮ ਹੈ, ਜਦੋਂ ਬਹੁਤਾ ਤਕਲੀਫ ਹੋਵੇ ਤੇ ਮਨੁੱਖ ਬੇਹੋਸ਼ ਹੋ ਜਾਂਦਾ, ਫਿਰ ਉਹਨੂੰ ਟ੍ਰੀਟਮੈਂਟ ਕਰੋ, ਜਦੋਂ ਦੁੱਖ ਸਹਾਰਨ ਯੋਗਾ ਹੋ ਜਾਵੇ ਤੇ ਮਨੁੱਖ ਨੂੰ ਹੋਸ਼ ਆ ਜਾਂਦੀ ਹੈ। ਇੰਨਾ ਦੁੱਖ ਸਹਾਰਦਿਆਂ ਹੋਇਆਂ ਉਹਨੂੰ ਕੋਈ ਤਕਲੀਫ ਨਹੀਂ ਹੋਈ। ਨਾਮ ਦੇ ਰੰਗ ਦੇ ਵਿੱਚ ਜੁੜਿਆ ਹੋਇਆ ਭਾਈ ਤਾਰੂ ਸਿੰਘ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ। ਜਕਰੀਆ ਖਾਨ ਨੇ ਆਪਣੀਆਂ ਅੱਖਾਂ ਦੇ ਨਾਲ ਤੇ ਸਾਰਾ ਕੁਝ ਦੇਖਿਆ। ਜਕਰੀਆ ਖਾਨ ਵੀ ਹਿੱਲ ਗਿਆ। ਉਸੇ ਵਕਤ ਕਹਿਣ ਲੱਗਾ ਜਿਵੇਂ ਖਾਈ ਦੇ ਵਿੱਚ ਸੁੱਟ ਦਿੱਤੋ, ਨਾਲ ਹੀ ਕਚਹਿਰੀ ਦੇ ਵਿੱਚ ਖਾਈ ਸੀ ਉੱਤੇ ਸੁੱਟ ਦਿੱਤਾ ਗਿਆ। ਜਕਰੀਆ ਖਾਨ ਕਾਹਲੀ ਕਾਹਲੀ ਕਦਮ ਉੱਠਦਾ ਆਪਣੇ ਘਰ ਚਲਾ ਗਿਆ, ਪਰ ਕੁਛ ਦਿਨ ਉਹਦੇ ਮਨ ਦੇ ਅੰਦਰ ਇੱਕ ਤੌਕੜਾ ਜਿਹਾ ਪੈਦਾ ਹੋਇਆ ਸੀ। ਗੁਰੂ ਕੇ ਸਿੱਖਾਂ ਨੂੰ ਪਤਾ ਲੱਗਾ, ਕੁਝ ਰਾਮਗੜੀਏ ਸਿੱਖ ਉੱਥੇ ਰਹਿੰਦੇ ਸਨ, ਭਾਈ ਤਾਰੂ ਸਿੰਘ ਨੂੰ ਕਿਵੇਂ ਕਿਵੇਂ ਕਰਕੇ ਧਰਮਸ਼ਾਲਾ ਵਿੱਚ ਲਿਆਂਦਾ ਗਿਆ। ਨਿੰਮ ਦੇ ਪੱਤਿਆਂ ਦੇ ਨਾਲ ਉਹਨਾਂ ਦਾ ਸਿਰ ਸਾਫ਼ ਕੀਤਾ ਗਿਆ ਤੇ ਕੁਝ ਟ੍ਰੀਟਮੈਂਟ ਕੀਤੀ ਗਈ। ਭਾਈ ਤਾਰੂ ਸਿੰਘ ਅਡੋਲ ਬੈਠਾ, ਉਹ ਮਾਲਕ ਦਾ ਨਾਮ ਜਪ ਰਿਹਾ ਹੈ, ਪਰ ਦੂਸਰੇ ਪਾਸੇ ਸ਼ਬਦ ਬਣਿਆ ਉਹੀ ਚੱਕਰੀਆ ਖਾਨ ਨੂੰ ਰਾਤ ਦੇ ਵਕਤ ਪਿਸ਼ਾਬ ਦਾ ਬੰਨ ਪੈ ਗਿਆ। ਸਵੇਰ ਤੱਕ ਉਹ ਬੜਾ ਪਰੇਸ਼ਾਨ ਹੋਇਆ, ਬੜਾ ਪਰੇਸ਼ਾਨ ਹੋਇਆ। ਹਕੀਮ ਆਏ, ਦਵਾ ਦਾਰੂ ਕਰਨ ਵਾਲਾ ਆਏ, ਕਾਜੀ ਆਏ, ਉਹਨਾਂ ਨੇ ਆ ਕੇ ਕਲਮਾ ਪੜੀਆਂ, ਧਾਗੇ ਤਬੀਤ ਉਹਦੇ ਪਲੰਗ ਦੇ ਨਾਲ ਬੰਨੇ, ਉਹਦੇ ਹੱਥਾਂ ਦੇ ਨਾਲ ਬੰਨੇ, ਪਰ ਕੋਈ ਅਸਰ ਨਾ ਹੋਇਆ। ਭਾਈ ਸੁਵੇਗ ਸਿੰਘ ਜੱਬਰ ਪਿੰਡ ਦਾ ਇਹ ਮਿਲਵਰਤਨੀਆਂ ਸਿੱਖ ਸੀ, ਇਹਦੀ ਕਚਹਿਰੀ ਦੇ ਵਿੱਚ ਉਸ ਨਵਾਬ ਨੂੰ ਮਿਲਣ ਗਿਆ। ਜਕਰੀਆ ਖਾਨ ਨੂੰ ਉਹਦੀ ਹਾਲਾਤ ਦਿੱਤੀ ਤੇ ਜਕਰੀਆ ਖਾਨ ਕਹਿਣ ਲੱਗਾ ਮੈਨੂੰ ਕਿਸੇ ਤਰ੍ਹਾਂ ਮੇਰੀ ਭੁੱਲ ਬਖਸ਼ਾ ਦੇ, ਇਸ ਰੋਗ ਤੋਂ ਮੈਨੂੰ ਨਜਾਤ ਦਿੱਤਾ ਦੇ, ਇਹ ਵੇਦ ਹਕੀਮ ਜਿਹੜੇ ਮੇਰੇ ਕੁਝ ਨਹੀਂ ਕਰ ਸਕਦੇ। ਸੁਦੀਪ ਸਿੰਘ ਕਹਿਣ ਲੱਗਾ ਗੱਲ ਤੇ ਮੈਂ ਤੇਰੀ ਮੰਨ ਲੈਣਾ, ਭਾਈ ਤਾਰੂ ਸਿੰਘ ਨੇ ਇੱਕ ਗੱਲ ਕਹੀ ਸੀ ਜਦੋਂ ਤੂੰ ਖੋਪੜੀ ਉਹਦੀ ਅਤਾਰੀ, ਉਹਨੇ ਕਿਹਾ ਸੀ ਵੀ ਇਹ ਜੁੱਤੀਆਂ ਤੇਰੇ ਸਿਰ ਦੇ ਵਿੱਚ ਪੈਣਗੀਆਂ, ਤੂੰ ਇੰਜ ਕਰ। ਭਾਈ ਤਾਰੂ ਸਿੰਘ ਦਾ ਜੋੜਾ ਲਿਆ, ਲੁਕ ਛਿਪ ਕੇ ਇੱਕ ਕਮਰੇ ਦੇ ਵਿੱਚ ਉਹ ਦੋ ਚਾਰ ਪਰਿਵਾਰ, ਜੇ ਤੇ ਤੈਨੂੰ ਕੋਈ ਰਾਹਤ ਮਿਲੀ ਫਿਰ ਤੇ ਠੀਕ ਹੈ, ਨਹੀਂ ਤਾਂ ਤੂੰ ਮੈਨੂੰ ਜੋ ਮਰਜ਼ੀ ਸਜ਼ਾ ਦੇ ਦੇ। ਉਸੇ ਵਕਤ ਭਾਈ ਤਾਰੂ ਸਿੰਘ ਦਾ ਜੋੜਾ ਲਿਆਂਦਾ ਗਿਆ, ਜਕਰੀਆ ਖਾਨ ਦੇ ਸਿਰ ਦੇ ਵਿੱਚ ਮਾਰਿਆ ਤੇ ਉਹਨੂੰ ਕੁਝ ਰਾਹਤ ਮਹਿਸੂਸ ਹੋਈ, ਰਾਹਤ ਮਹਿਸੂਸ ਹੋਈ। ਪਰ ਇਹ ਤੇ ਰੋਜ਼ ਦੀ ਕਰਨੀ ਹੈ ਸਾਡੀ ਬਿਰਧੀ ਕਿਰਿਆ, ਉਹਨੂੰ ਪਿਸ਼ਾਬ ਦਾ ਬੰਦ ਫਿਰ ਪੈ ਗਿਆ। ਇਵੇਂ ਉਹ ਜੁੱਤੀਆਂ ਖਾ ਲੈਂਦਾ ਤੇ ਉਹਨੂੰ ਉਹ ਹੱਲ ਹੋ ਜਾਂਦਾ। ਚਾਰ ਪੰਜ ਦਿਨ ਜਿਵੇਂ ਬਤੀਤ ਹੋ ਗਏ, ਇੱਕ ਦਿਨ ਜਕਰੀਆ ਖਾਨ ਆਪਣੇ ਕਿਰਦਿਆਂ ਨੂੰ ਕਹਿਣ ਲੱਗਾ, ਕਹਿਣ ਲੱਗਾ ਅੱਜ ਮੇਰੀਆਂ ਲੱਤਾਂ ਬੰਨ ਦੇਵੋ, ਅੱਜ ਮੇਰੀਆਂ ਬਾਹਾਂ ਬੰਨ ਦੇਵੋ, ਅੱਜ ਵਾਸਤੇ ਮੇਰੀ ਸਦਾ ਵਾਸਤੇ ਇਹ ਤਕਲੀਫ
ਕਿੰਨੀਆਂ ਜੁੱਤੀਆਂ ਮਾਰੋ, ਮੈਂ ਭਾਵੇਂ ਜਿੰਨਾ ਮਰਜ਼ੀ ਚਲਾਵਾਂ, ਮੈਂ ਜਿੰਨਾ ਮਰਜ਼ੀ ਰੌਲਾ ਪਾਵਾਂ, ਮੈਂ ਜਿੰਨਾ ਮਰਜ਼ੀ ਕਹਾਂ ਮੈਂ ਮਰ ਗਿਆ ਪਰ ਮੈਨੂੰ ਛੱਡਿਓ ਨਾ, ਪਰ ਮੇਰੀ ਇਹ ਤਕਲੀਫ ਸਦਾ ਵਾਸਤੇ ਠੀਕ ਕਰ ਦੇ। ਉਹਦੀਆਂ ਸੱਤਾਂ ਬੰਦ ਹੁੰਦੀਆਂ, ਬਾਹਾਂ ਬੰਦ ਹੁੰਦੀਆਂ ਅਤੇ ਉਹਨਾਂ ਨੇ ਜੁੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਆਖਰ ਇਹ ਸਰੀਰ ਦਾ ਹਿੱਸਾ ਬੜਾ ਨਾਟਕ ਹੁੰਦਾ ਹੈ, ਜਦੋਂ ਜੁੱਤੀਆਂ ਪੈਂਦੀਆਂ ਉਹ ਬੜਾ ਤੜਫਦਾ, ਉਹ ਬੜਾ ਕੰਬਾਉਂਦਾ, ਉਹ ਬੜਾ ਕਹਿੰਦਾ ਵੀ ਮੈਨੂੰ ਛੱਡ ਦਿਓ ਮੈਂ ਮਰਨ ਲੱਗਾ। ਪਰ ਉਹ ਆਪ ਹੀ ਕਹਿ ਚੁੱਕਿਆ ਸੀ, ਉਹ ਆਪ ਹੀ ਕਹਿ ਚੁੱਕਿਆ ਸੀ ਵੀ ਮੈਂ ਜਿੰਨਾ ਮਰਜ਼ੀ ਚਲਾਵਾਂ ਮੈਨੂੰ ਛੱਡਿਓ ਨਾ। ਆਖਰ ਉਹ ਜੁੱਤੀਆਂ ਖਾਂਦਾ ਖਾਂਦਾ ਪਾਪੀ ਜਿਹੜਾ ਸੀ ਉਹ ਨਰਕ ਸਧਾਰ ਗਿਆ। ਜਦੋਂ ਭਾਈ ਤਾਰੂ ਸਿੰਘ ਨੂੰ ਪਤਾ ਲੱਗਾ, ਭਾਈ ਤਾਰੂ ਸਿੰਘ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਤੇ ਭਾਈ ਤਾਰੂ ਸਿੰਘ ਨੂੰ ਉਸ ਸੱਚਖੰਡ ਵਿੱਚ ਪਰਦਾ ਗਏ। ਜਿਉਂ ਜਗ ਮੇ ਜਗ ਆਏ ਫਟਾਨਾ, ਤਿਉਂ ਜੋਤੀ ਸਭ ਜੋਤ ਸਮਾਨਾ। ਭਾਈ ਤਾਰੂ ਸਿੰਘ ਜਿਹੜੇ ਸਭ ਤੋਂ ਵੀ ਸ਼ਹੀਦ ਹੋ ਗਏ। ਉਸ ਦਿਨ ਇੱਕ ਸਾਵਣ ਭਾਵ ਇੱਕ ਜੁਲਾਈ ਸੀਗਾ, 25 ਜੂਨ ਨੂੰ ਖੋਪੜੀ ਉਤਾਰੀ ਗਈ। ਕੁਝ ਵਿਦਵਾਨਾਂ ਨੇ 21 ਦਿਨ ਲਿਖਿਆ, ਪਰ ਬਹੁਤ ਸਾਰੇ ਵਿਦਵਾਨਾਂ ਨੇ ਜਿਵੇਂ ਡਾਕਟਰ ਹਰਜਿੰਦਰ ਸਿੰਘ ਦਲਵੀਰ, ਪ੍ਰੋਫੈਸਰ ਗੰਡਾ ਸਿੰਘ ਨੇ ਉਹਨਾਂ ਦੇ 6 ਦਿਨ ਦਾ ਜ਼ਿਕਰ ਕੀਤਾ ਵੀ 6 ਦਿਨ ਜਿਹੜੇ ਸਨ ਉਹ ਕੁਬਰੀ ਤੋਂ ਬਗੈਰ ਭਾਈ ਤਾਰੂ ਸਿੰਘ ਜਿਹੜੇ ਸਨ ਉਹ ਜਿੰਦਾ ਰਹੇ। ਉਹ ਗੁਰੂ ਘਰ ਸਿੰਘ ਆਪਣੇ ਕੇਸਾਂ ਅਤੇ ਸਵਾਸਾਂ ਨੂੰ ਜਿਹੜਾ ਸੀ ਉਹ ਨਵਾਬ ਦੀ ਸੰਸਾਰ ਦੇ ਵਿੱਚੋਂ ਗਿਆ, ਕਿਉਂਕਿ ਉਹ ਮਾਲਕ ਦੇ ਨਾਮ ਮਜੀਠੇ ਰੰਗ ਦੇ ਨਾਲ ਜੁੜਿਆ ਹੋਇਆ ਸੀ, ਨਾਮ ਦਾ ਰੰਗ ਉਹ ਚੜਿਆ ਹੋਇਆ ਸੀ। ਮੈਂ ਬੇਨਤੀ ਕਰਾਂ 2-4-5 ਮਿੰਟ ਬੋਲ ਲੈ ਰਹੇ ਨੇ, ਆਪਾਂ ਸ਼ਬਦ ਦੀ ਆਪਦੀ ਵਿਚਾਰ ਦੇ ਨਾਲ ਤੁਲਨਾ ਕਰੀਏ। ਸ਼ਬਦ ਆਖਦੇ ਨੇ ਮਨ ਤਨ ਤਾਰਾ ਸੱਚ ਰੰਗ, ਇੱਕੋ ਨਾਮ ਆਧਾਰ, ਜਿਹਨਾਂ ਦਾ ਨਾਮ ਆਸਰਾ ਬਣ ਜਾਂਦਾ ਹੈ। ਵਿਖਿਆ ਰੰਗ ਬਣਾ ਗਿਆ ਦਿਸਣ ਸਦੇ ਸ਼ਾਗ, ਵਿਖਿਆ ਦਾ ਮਤਲਬ ਹੁੰਦਾ ਮਾਇਆ ਦੇ ਰੰਗ। ਮਾਇਆ ਦੇ ਰੰਗ ਉਹਨਾਂ ਨੂੰ ਕੌੜੇ ਲੱਗਣ ਲੱਗ ਪੈਂਦੇ ਨੇ, ਝੂਠੇ ਲੱਗਣ ਲੱਗ ਪੈਂਦੇ ਨੇ। ਦਿਸਣ ਸਦੀ ਸ਼ਾਰ, ਸ਼ਾਰ ਦਾ ਮਤਲਬ ਹੁੰਦਾ ਸਵਾਹ, ਉਹਨਾਂ ਨੂੰ ਸਵਾਹ ਲੱਗਣ ਲੱਗ ਪੈਂਦੇ ਨੇ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਦੀਵਣ ਹਾਰ, ਅੰਮ੍ਰਿਤ ਰੂਪੀ ਨਾਮ ਦੀ ਬੂੰਦ ਜਿਹੜੀ ਹੈ ਉਹਨਾਂ ਨੂੰ ਸੁਹਾਵਣੀ ਲੱਗ ਪੈਂਦੀ ਹੈ। ਮਿਲ ਸਾਧੂ ਦੀਵਣ ਹਾਰ, ਸਾਧੂ ਦਾ ਅਰਥ ਹੈ ਗੁਰੂ, ਉਹ ਗੁਰੂ ਨੂੰ ਮਿਲ ਕੇ ਉਸਨੂੰ ਪੀਣ ਦੇ ਯੋਗ ਹੋ ਜਾਂਦਾ ਹੈ। ਵਣ ਤਿਣ ਤਰਬ ਸੰਗ ਮੌਲਿਆ, ਸਮਰੱਥ ਪੁਰਖ ਅਪਾਰ, ਸਮਰੱਥ ਅਕਾਲ ਪੁਰਖ ਜਿਹੜਾ ਹੈ, ਜਿਹੜਾ ਹਰ ਜਗ੍ਹਾ ਰਮਿਆ ਹੋਇਆ ਤੇ ਬੇਅੰਤ ਹੈ, ਉਹਦੇ ਕਾਰਨ ਇਸ ਸੰਸਾਰ ਦੇ ਅੰਦਰ ਹਰ ਇੱਕ ਜੀਵ ਜਿਹੜਾ ਹੈ ਉਹ ਖੜਾਓ ਦੇ ਵਿੱਚ ਹੈ, ਮੌਲਿਆ ਹੋਇਆ ਹੈ। ਵਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ, ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾ ਵਣਹਾਰ। ਸਹਿਬ ਆਖਦੇ ਨੇ ਉਸ ਮਾਲਕ ਦੀ ਜਦੋਂ ਕਿਰਪਾ ਹੁੰਦੀ ਹੈ ਤੇ ਜੀਵ ਦਾ ਮਿਲਾਪ ਹੁੰਦਾ ਹੈ, ਤੇ ਸਹਿਬ ਕਹਿਣ ਲੱਗੇ ਮੇਰਾ ਮਨ ਲੋਚਦਾ ਹੈ ਉਸ ਮਾਲਕ ਨੂੰ ਮਿਲਣ ਵਾਸਤੇ, ਹਰ ਮਿਲਣੇ ਨੂੰ ਮਨ ਲੋਚਦਾ, ਮੇਰਾ ਮਨ ਲੋਚਾ ਕਰਦਾ ਹੈ, ਇੱਛਾ ਰੱਖਦਾ ਹੈ, ਕਰਮ ਮਿਲਾਵਣ ਹਾਰ, ਜਦੋਂ ਉਸਦੀ ਰਹਿਮਤ ਹੋਈ ਤੇ ਉਹਦੇ ਨਾਲ ਮਿਲਾਪ ਹੋ ਜਾਵੇਗਾ। ਤੇ ਜਿਹਨਾਂ ਦਾ ਮਿਲਾਪ ਹੋ ਜਾਂਦਾ ਸਹਿਬ ਕਹਿਣ ਲੱਗੇ ਜਿਨੀ ਸਕੀਐ ਪ੍ਰਭ ਪਾਇਆ, ਹਉ ਤਿਨਕੈ ਸਦ ਬਲਿਹਾਰ, ਜਿਹਨਾਂ ਸਖੀਆਂ ਨੇ ਉਸ ਮਾਲਕ ਨੂੰ ਪਾ ਲਿਆ, ਹਉ ਤਿਨਕੈ ਸਦ ਬਲਿਹਾਰ, ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ। ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰ ਨਾਰ, ਮੈਂ ਰੱਖਣ ਦਾ ਮੇਰ ਹੇ ਨਾਨਕ, ਇਹ ਪਰਮਾਤਮਾ ਮੇਰੇ ਉੱਤੇ ਮੇਰ ਕਰ। ਸ਼ਬਦ ਸਵਾਰਨ ਹਾਰ, ਸ਼ਬਦ ਨੇ ਮਨੁੱਖ ਨੂੰ ਸਵਾਰਨਾ ਹੈ, ਸਵਾਰਨਾ ਜਦੋਂ ਹੈ ਮਨੁੱਖ ਨੂੰ ਤੇ ਉਹਦੀ ਕਿਰਪਾ ਹੋ ਜਾਣੀ ਹੈ ਤੇ ਮਾਲਕ ਦੇ ਨਾਲ ਮਿਲਾਪ ਹਾਸਲ ਹੋ ਜਾਣਾ ਹੈ। ਅਸਲ ਦੇ ਵਿੱਚ ਜਦੋਂ ਮਨੁੱਖ ਆਪਣੇ ਆਪ ਨੂੰ ਸਵਾਰ ਲੈਂਦਾ ਹੈ, ਬਾਬਾ ਫਰੀਦ ਜੀ ਵੀ ਆਖਦੇ ਨੇ ਫਰੀਦਾ ਜਦੋਂ ਤੂੰ ਆਪਣੇ ਆਪ ਨੂੰ ਸਵਾਰ ਲਿਆ ਉਸ ਵਕਤ ਉਹ ਮਾਲਕ ਜਿਹੜਾ ਹੈ ਉਹ ਤੈਨੂੰ ਪ੍ਰਾਪਤ ਹੋ ਜਾਣਾ ਹੈ। ਤੇ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਅੰਦਰ ਵੀ ਪਹਿਲੀ ਗੱਲ ਇਹੀ ਕਿ ਤੂੰ ਸਚਿਆਰ ਬਣ ਜਾ, ਜੇ ਸਚਿਆਰਾ ਹੋਈ ਹੈ
ਕਿ ਕੂੜੇ ਕੁੱਤੇ ਬਾਲ ਹੁਕਮ ਜਾਈ ਚੱਲਣਾ ਨਾਨਕ ਲਿਖਿਆ ਨਾ। ਹੁਕਮ ਦੇ ਵਿੱਚ ਚੱਲਣਾ ਜਿਹੜਾ ਹੈ ਆਪਣੇ ਆਪ ਨੂੰ ਸਵਾਰਨਾ ਹੈ। ਤੇ ਸ਼ਾਇਦ ਕਹਿਣ ਲੱਗੇ ਜਦੋਂ ਸਵਾਰ ਲਵੇਗਾ ਮਾਲਕ ਤੇਰੇ ਉੱਤੇ ਕਿਰਪਾ ਕਰ ਦੇਵੇਗਾ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਪੁਰਹਾਰ। ਸ਼ਾਇਦ ਆਖਦੇ ਸਾਵਣ ਉਹਨਾਂ ਦੇ ਵਾਸਤੇ ਸੁਹਾਵਣਾ ਬਣ ਜਾਂਦਾ ਹੈ ਜਿਨ ਰਾਮ ਨਾਮ ਪੁਰਹਾਰ, ਜਿਨ੍ਹਾਂ ਨੇ ਰਾਮ ਦਾ ਨਾਮ ਹਾਰ ਬਣਾ ਕੇ ਆਪਣੇ ਗਲੇ ਵਿੱਚ ਪਾਇਆ ਹੋਇਆ, ਉਹਦਾ ਮੁਕਦਾ ਕਿਰਦਾ, ਜਿਨ੍ਹਾਂ ਨੇ ਉਸ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੋਇਆ ਹੈ। ਤਾਂ ਤੁਸੀਂ ਬਹਾਦਰ ਪਾਤਸ਼ਾਹ ਕਹਿਣ ਲੱਗੇ ਰਾਮ ਨਾਮ ਗੁਰ ਮੈਂ ਜਾਇਓ ਜਾ ਕੇ ਸ਼ਬਦ ਨਹੀਂ ਹੋਏ, ਜੈ ਸਿਮਰਤ ਸੰਕਟ ਮਿਟੈ ਦਰਸ ਤਾਰਕ ਹੋਏ। ਸੰਕਟ ਖਤਮ ਹੋ ਜਾਂਦੇ ਨੇ ਜਿਨ੍ਹਾਂ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੋਇਆ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਸਾਹਿਬ ਦੇ ਗੁਰ, ਰੋਜ਼ ਸ਼ਾਮ ਦੇ ਵਕਤ ਵੀ ਤੇ ਸਵੇਰ ਦੇ ਵਕਤ ਵੀ ਆਪਾਂ ਗੁਰਦੁਆਰਾ ਸਾਹਿਬ ਆਉਂਦੇ ਤੇ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਅਸੀਂ ਪੜ੍ਹਦੇ ਹਾਂ, ਪਰ ਅਸੀਂ ਕਦੇ ਵਿਚਾਰ ਨਹੀਂ ਕੀਤੇ। ਸਾਹਿਬ ਆਖਦੇ ਨੇ ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਤੇਰੀਆਂ ਸਾਰੀਆਂ ਭੁੱਖਾਂ ਖਤਮ ਹੋ ਜਾਣਗੀਆਂ। ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁੱਖ ਮਨ ਆਇ ਵਸਿਆ, ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਚੋਂ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਜਿਨ੍ਹਾਂ ਨੇ ਨਾਮ ਨੂੰ ਆਪਣਾ ਆਧਾਰ ਬਣਾ ਲਿਆ, ਜਿਨ੍ਹਾਂ ਨੂੰ ਨਾਮ ਨੂੰ ਆਪਣਾ ਆਸਰਾ ਬਣਾ ਲਿਆ, ਸਾਹਿਬ ਕਹਿਣ ਲੱਗੇ ਸਾਵਣ ਦੇ ਮਹੀਨੇ ਦੇ ਅੰਦਰ ਉਹ ਜੀਵ ਜਿਹੜੇ ਨੇ ਉਹ ਹਰਿਆਵਲ ਵਿੱਚ ਆ ਜਾਂਦੇ ਨੇ, ਖੇੜੇ ਦੇ ਵਿੱਚ ਆ ਜਾਂਦੇ ਨੇ, ਖੁਸ਼ੀ ਦੇ ਵਿੱਚ ਆ ਜਾਂਦੇ ਨੇ। ਅਸਲ ਦੇ ਵਿੱਚ ਨਾਮ ਨਾਲ ਜੁੜਨਾ ਤੇ ਨਾਮ ਰੂਪੀ ਅੰਮ੍ਰਿਤ ਦੀ ਵਰਖਾ ਇਸ ਹਿਰਦੇ ਦੇ ਵਿੱਚ ਹੋਣੀ ਹੀ ਅਸਲ ਦੇ ਵਿੱਚ ਮਨੁੱਖ ਦੇ ਵਿੱਚ ਪ੍ਰਾਪਤਤਾ ਜਿਹੜੀ ਉਹ ਖਤਮ ਕਰਕੇ ਤੇ ਮਨੁੱਖ ਨੂੰ ਜਿਹੜਾ ਹੈ ਉਹ ਫੜਾਓ ਦੇ ਵਿੱਚ ਲੈ ਕੇ ਆਉਂਦੀ ਹੈ। ਸ਼ਾਇਦ ਰਹਿਮਤ ਕਰਨ ਅੱਜ ਦਾ ਮੁਕਾਬਲ ਕਰਨ ਸਾਨੂੰ ਬਖਸ਼ਿਸ਼ ਕੀਤਾ, ਸਾਡੇ ਹਿਰਦੇ ਘਰ ਦੇ ਵਿੱਚ ਪ੍ਰਵੇਸ਼ ਕਰ ਜਾਵੇ, ਸਾਡਾ ਇਹ ਲੋਕ ਸੁਖੀਆ ਤੇ ਪਰਲੋਕ ਸੇਵਾ ਹੋ ਸਕੇ। ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਟਿਕ ਕਰਕੇ ਗੁਰੂ ਦੇ ਪਾਵਨ ਵਚਨ ਔਰ ਇਤਿਹਾਸ ਨੂੰ ਸਰਵਣ ਕੀਤਾ ਹੈ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਦਾਸ ਦੇਣੀ ਹੈ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ, ਉਹਨਾਂ ਦਾ ਦਾਸ ਦੇਣੀ ਹੈ ਜਿਨ੍ਹਾਂ ਨੇ ਦੂਸਰੀ ਵਾਰ ਦਾਸ ਉੱਥੇ ਸੰਗਤਾਂ ਦੇ ਦਰਸ਼ਨ ਦੁਆਰੇ ਬਖਸ਼ਿਸ਼ ਕਰਵਾਏ ਨੇ, ਚਰਨ ਧੂਪ ਬਖਸ਼ਿਸ਼ ਕੀਤੀ ਹੈ। ਸ਼ਾਇਦ ਰਹਿਮਤ ਕਰਨ ਕਿਸੇ ਤਰ੍ਹਾਂ ਗਰੀਬ ਦੇ ਵਕਤ ਬਣਦਾ ਰਹੇ। ਉਹ ਤਾਂ ਬਹੁਤ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈਆਂ ਪੁਰਾਣਾ ਕਰਤਾ ਦੇ ਕਿਵਾਂ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ ਆਨੰਦ।